ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਹਿਨੁਮਾਈ ਦੇ ਅੰਦਰ ਤੀਜੀ ਦਫਾ NDA ਦੀ ਸਰਕਾਰ ਦੇਸ਼ ਦੇ ਅੰਦਰ ਬਣੀ ਹੈ, ਉਹਦੇ ਵਾਸਤੇ ਉਹਨਾਂ ਨੂੰ ਵਧਾਈ ਦਾ। ਇੱਕ ਮਤਾ ਪਾਸ ਕੀਤਾ ਗਿਆ, ਉੱਥੇ ਹੀ ਦੇਸ਼ ਦੀ ਜਨਤਾ ਅਤੇ ਪੰਜਾਬ ਦੀ ਜਨਤਾ ਨੂੰ ਧੰਨਵਾਦ ਦਾ ਮਤਾ, ਕਿਉਂਕਿ ਬਹੁਤ ਵੱਡਾ ਹੁੰਗਾਰਾ ਦੇਸ਼ ਦੇ ਲੋਕਾਂ ਨੇ ਅਤੇ ਪੰਜਾਬ ਦੇ ਲੋਕਾਂ ਨੇ BJP ਪਾਰਟੀ ਨੂੰ ਦਿੱਤਾ। ਉਸ ਦਾ ਮਤਾ ਵੀ ਪਾਸ ਕੀਤਾ ਗਿਆ ਸਰਵਸੰਮਤੀ ਦੇ ਨਾਲ। ਅਤੇ ਇੱਕ ਜਿਹੜਾ, ਕਿਉਂਕਿ ਮੇਨ ਪੋਲੀਟੀਕਲ ਪਾਰਟੀ ਦੇਸ਼ ਦੀ ਹੈ, ਅਤੇ ਸਾਡਾ ਜਿਹੜਾ ਇੱਕ ਪੋਲੀਟੀਕਲ ਰੈਜ਼ੋਲਿਊਸ਼ਨ ਸੀਗਾ, ਰਾਜਨੀਤਿਕ ਪ੍ਰਸਤਾਵ ਸੀਗਾ, ਜਿਹਦੇ ਵਿੱਚ ਦੇਸ਼ ਦਾ ਜਿਹੜਾ ਰਾਜਨੀਤਿਕ ਮਾਹੌਲ ਹੈ ਅਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਮਾਹੌਲ ਹੈ, ਬਣਦਾ ਜਾ ਰਿਹਾ, ਉਹਦੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ, ਜਿਹਦੇ ਵਿੱਚ ਸਾਡੇ ਸਾਰੇ ਸੀਨੀਅਰ ਆਗੂਆਂ ਨੇ ਆਪਣੀ ਰਾਏ, ਆਪਣੇ ਸੁਝਾਅ ਦੇ ਕੇ ਉਸ ਮਤੇ ਨੂੰ ਪਾਸ ਕੀਤਾ ਗਿਆ। ਅਤੇ ਬਾਕੀ ਵੀ ਵਿਸਤਾਰ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਹੈ ਉਹਦਾ ਐਨਾਲਿਸਿਸ ਵੀ ਕੀਤਾ ਗਿਆ, ਉਹਦੇ ਅੰਕੜਿਆਂ ਨੂੰ ਕਿਸ ਤਰ੍ਹਾਂ ਕਿੱਥੇ ਜਿਹੜੀ ਰੀਚ BJP ਦੀ ਹੈ, ਕਿਹੜੇ ਕਿਹੜੇ ਹਲਕਿਆਂ 'ਚ, ਕਿਹੜੇ ਕਿਹੜੇ ਵੱਖ ਵੱਖ ਪੰਜਾਬ ਦੇ ਇਲਾਕਿਆਂ 'ਚ ਕਿਸ ਤਰ੍ਹਾਂ BJP ਨੇ ਪਰਫੋਰਮ ਕੀਤਾ ਹੈ ਅਤੇ ਉਹਦੇ ਤੋਂ ਕੀ ਨਤੀਜੇ ਡਰਾਅ ਕਰਨੇ ਚਾਹੀਦੇ ਹੈ, ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਵਿਸਤਾਰ ਨਾਲ ਹੋਈ ਹੈ। ਮੇਨ ਅਗਰ ਇਹਨੂੰ ਮੈਂ ਸਮਰਾਈਜ਼ ਕਰਾਂ, ਸਾਰੇ ਅੱਜ ਦੀ ਕਮੇਟੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੇਨ ਗੱਲ ਨਿਕਲ ਕੇ ਆਈ ਹੈ ਵੀ ਆਹ ਜਿਹੜਾ ਪੰਜਾਬ ਦੇ ਅੰਦਰ BJP ਨੂੰ 25,10,000 ਦੇ ਕਰੀਬ ਵੋਟ ਪਏ ਹੈ, ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ BJP ਦੇ ਅੰਦਰ ਦਰਸਾਉਂਦਾ ਹੈ। ਜਿੱਥੇ 25 ਲੱਖ ਲੋਕਾਂ ਨੇ ਆਪਣਾ ਵਿਸ਼ਵਾਸ ਪੰਜਾਬ BJP ਦੇ ਅੰਦਰ ਦਰਸਾਇਆ, ਉੱਥੇ ਹੀ ਆਹ ਜਿਹੜਾ ਵੋਟ ਹੈ ਉਹਨਾਂ ਲੋਕਾਂ ਦੀ ਆਸ ਅਤੇ ਉਮੀਦ ਦਾ ਵੀ ਪ੍ਰਤੀਕ ਹੈ। ਉਹ ਲੋਕ ਅੱਜ ਆਸ ਅਤੇ ਉਮੀਦ ਦੇ ਨਾਲ BJP ਕੰਨੀ ਦੇਖ ਰਹੇ ਹੈ, ਕਿਉਂਕਿ ਰਾਜਨੀਤਿਕ ਪ੍ਰਸਤਾਵ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਜਾ ਰਹੇ ਹੈ, ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਪੰਜਾਬ ਦੇ ਅੰਦਰ, ਜਿਸ ਤਰ੍ਹਾਂ ਲੋ ਐਂਡ ਆਰਡਰ ਟੋਟਲੀ ਮਿਸਿੰਗ ਹੈ, ਅਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੇ ਆਹ ਸਰਕਾਰ ਹੈ ਚਾਹੇ ਇਸ ਤੋਂ ਪਹਿਲਾਂ ਸਰਕਾਰ ਬਣੀ, ਉਹ ਮੁੱਦੇ ਅੱਜ ਵੀ ਜਿਉਂ ਦੇ ਤੋਂ ਖੜ੍ਹੇ ਹੈ। ਉਹ ਇਨਫੈਕਟ ਦਰਕਿਨਾਰ ਕਰ ਦਿੱਤੇ ਗਏ ਮੁੱਦੇ ਜਿਹੜੇ ਸੀਗੇ, ਬੇਅਦਬੀ ਦਾ ਮੁੱਦਾ ਸੀਗਾ, ਲੋ ਐਂਡ ਆਰਡਰ ਦਾ ਮੁੱਦਾ ਸੀਗਾ, ਡਰੱਗਸ ਦਾ ਮੁੱਦਾ ਸੀਗਾ, ਅਤੇ ਰੇਤ ਬਜਰੀ ਦੇ ਨਾਮ ਲੈ ਕੇ ਇਹ ਲੋਕ ਜਿਹੜੇ ਬਣਦੇ ਰਹੇ ਹੈ, ਉਹ ਮੁੱਦੇ ਤਾਂ ਉੱਥੇ ਰਹਿ ਗਏ। ਅੱਜ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੜਕਾ ਲੱਗਿਆ, ਉਹ ਤੜਕਾ ਜਿਹੜਾ ਲੱਗਿਆ ਲੋ ਐਂਡ ਆਰਡਰ ਨੂੰ ਲੈ ਕੇ ਫਿਰੌਤੀਆਂ, ਬਦਮਾਸ਼ੀਆਂ, ਅਤੇ ਜਿਸ ਤਰ੍ਹਾਂ ਸੇ ਹੁਣ ਤਾਂ ਹਾਈਕੋਰਟ 'ਤੇ ਵੀ ਹੋ ਸਕਦਾ 2 ਹਫ਼ਤੇ ਹੋਰ ਪੈ ਜਾਣ ਜਿਹੜਾ ਟਾਈਮ ਮੰਗਿਆ ਸਿੱਟ ਨੇ, ਜਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੋਂ ਮਾਫੀਆ ਓਪਰੇਟ ਕਰ ਰਿਹਾ, ਲੋਕਾਂ ਤੋਂ ਰੈਨਸਮ ਫਿਰੌਤੀਆਂ ਮੰਗੀਆਂ ਜਾ ਰਹੀਆਂ, ਉਹ ਗੱਲਾਂ ਵੀ ਅੱਜ ਡਿਸਕਸ ਹੋਈਆਂ, ਅਤੇ ਉਹਦੇ ਉੱਤੇ ਪੰਜਾਬ ਦੇ ਭਵਿੱਖ ਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ, ਜਿਸ ਤਰ੍ਹਾਂ ਦੇ ਕੱਟਰਵਾਦ ਦੇ ਰੈਡੀਕਲ ਵਿਊਜ਼ ਨੂੰ ਹੁੰਗਾਰਾ ਪੰਜਾਬ ਦੇ ਅੰਦਰ ਮਿਲ ਰਿਹਾ, ਬਿਕੋਜ਼ ਲੋ ਐਂਡ ਆਰਡਰ ਮਿਸਿੰਗ ਹੈ, ਉਹਦੇ ਅੰਦਰ ਇਸ ਕਿਸਮ ਦੇ ਜਿਹੜੇ ਖਿਆਲਾਤ ਪਨਪ ਰਹੇ ਹੈ, ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ BJP ਨੇ ਇੱਕਮਤ ਹੋ ਕੇ ਰਿਜ਼ੋਲਵ ਕੀਤਾ ਹੈ ਵੀ ਜਿਸ ਆਸ ਦੇ ਨਾਲ, ਜਿਸ ਉਮੀਦ ਦੇ ਨਾਲ ਅੱਜ 25 ਲੱਖ ਲੋਕਾਂ ਨੇ BJP ਇਕੱਲੇ ਜਦੋਂ ਪਾਰਟੀ ਇਲੈਕਸ਼ਨ ਲੜੀ ਹੈ,
ਅਤੇ ਉਸ ਉਮੀਦ ਦੇ ਨਾਲ ਜਿਹੜਾ ਉਹਨਾਂ ਨੇ ਬਾਂਹ ਪਕੜੀ ਹੈ ਬੀਜੇਪੀ ਦੀ, ਇਹਦੇ ਨਾਲ ਸਾਡੀ ਇੱਕ ਧਰਮ ਬਣਦਾ, ਸਾਡਾ ਫਰਜ਼ ਬਣਦਾ ਵੀ ਉਹਨਾਂ ਦੀ ਆਸ ਅਤੇ ਉਮੀਦਾਂ ਦੇ ਉੱਤੇ ਖਰਾ ਉਤਰਨ ਵਾਸਤੇ ਸਾਨੂੰ ਹਰ ਸੰਭਵ ਰਿਜ਼ੋਲਵ ਕਰਕੇ ਉਸ ਮਸਲੇ ਨੂੰ ਵੀ ਹੈਵ ਟੂ ਬੀ ਟੋਟਲੀ ਰੈਜੋਲਿਊਟ ਵੀ ਇਹਨਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਕਿਸੇ ਕਿਸਮ ਦੀ ਠੇਸ ਉਸ ਨੂੰ ਨਾ ਪਹੁੰਚੇ। ਅਤੇ ਜਿੱਥੇ ਵਾਰ ਵਾਰ ਮੈਂ ਦੁਹਰਾਉਂਦਾ ਰਿਹਾ, ਅੱਜ ਪੰਜਾਬ ਦੇ ਲੋਕਾਂ ਨੇ ਜਦੋਂ ਵੋਟਾਂ ਪਾਈਆਂ ਓਫਿਸ਼ਲੀ ਸਰਟੀਫਾਈਡ ਗੱਲ ਇਹਨੂੰ ਕਹਿ ਲਓ ਵੀ ਪੰਜਾਬ ਦੇ ਅੰਦਰ ਅਪੋਜੀਸ਼ਨ ਦਾ ਰੋਲ ਬੀਜੇਪੀ ਨੇ ਨਿਭਾਉਣਾ ਹੈ, ਅਤੇ ਇਹਦੇ ਵਾਸਤੇ ਅੱਜ ਸਾਰਿਆਂ ਨੇ ਸਹਿਮਤ ਹੋ ਕੇ ਇਸ ਗੱਲ 'ਤੇ ਹੌਸਲਾ ਕੀਤਾ ਵੀ ਅਸੀਂ ਪੰਜਾਬ ਦੇ ਮੁੱਦਿਆਂ ਨੂੰ, ਕਿਉਂਕਿ ਇਹ ਦੋਨੋਂ ਰਲੇ ਹੋਏ ਹੈ, ਦੋਨਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਉਹਦੇ ਬਾਅਦ ਕੋਈ ਹੋਰ ਆਸ ਆਸਰਾ ਨਹੀਂ ਬਚਦਾ। ਅਤੇ ਉਸ ਗੱਲ ਨੂੰ ਮਜ਼ਬੂਤੀ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਪੂਰਾ ਉਤਰਾਂਗੇ। ਅਤੇ ਸਾਡੀ ਕੇਂਦਰ ਤੋਂ ਸਾਡੇ 'ਚ ਭੁਪਿੰਦਰ ਯਾਦਵ ਜੀ ਆਏ ਸੀਗੇ, ਅਤੇ ਕੇਂਦਰ ਦੇ ਨੁਮਾਇੰਦੇ ਤੁਹਾਡੇ ਆਪਣੇ ਲੁਧਿਆਣੇ ਦੇ ਚੁਣੇ ਨੁਮਾਇੰਦੇ ਕਰ ਰਹੇ, ਪੰਜਾਬ ਦੀ ਨੁਮਾਇੰਦਗੀ ਅੱਜ ਕੇਂਦਰ ਦੇ ਅੰਦਰ ਕਰ ਰਹੇ ਨਵਨੀਤ ਬਿੱਟੂ ਜੀ, ਇਹਨਾਂ ਨੂੰ ਆਹ ਵੀ ਉੱਥੇ ਇਸ ਕਮੇਟੀ 'ਚ ਅਪੀਲ ਕੀਤੀ ਗਈ ਵੀ ਪੰਜਾਬ ਦੀ ਇੱਕ ਵਿਲੱਖਣ ਸ਼ਖਸੀਅਤ, ਪੰਜਾਬ ਦੀ ਹਰੇਕ ਸੂਬਾ ਆਪਣੇ ਆਪਣੇ ਕਰੈਕਟਰਿਸਟਿਕ ਹੈ, ਪਰ ਪੰਜਾਬ ਦੇ ਇੱਕ ਵਿਲੱਖਣ ਸੂਬਾ ਹੈ, ਬਾਰਡਰ ਸਟੇਟ ਹੈ, ਸਾਡੀਆਂ ਆਪਣੀਆਂ ਪਰੇਸ਼ਾਨੀਆਂ ਹੈ, ਅਤੇ ਬਹੁਤ ਬੜੇ ਲੋਕ ਭਾਵੁਕ ਹੈ। ਇੱਥੇ ਦੀ ਉਸ ਸੈਂਸਿਟੀਵਿਟੀ ਨੂੰ ਧਿਆਨ 'ਚ ਰੱਖ ਕੇ ਪੋਲਿਸੀ ਇਸ਼ੂਜ਼ ਅਸਾਈਡ, ਉਸ 'ਚ ਹੋ ਸਕਦਾ ਸਮਾਂ ਲੱਗੇ, ਪਰ ਦੇਰ ਆਰ ਸਰਟਨ ਇਰੀਟੈਂਟਸ ਜਿਹੜੇ ਲੋਕਾਂ ਨੂੰ ਚੁਭਦੇ ਹੈ, ਜਿਸ ਨੂੰ ਵਾਰ ਵਾਰ ਲੋਕਲ ਯੂਨਿਟ ਨੂੰ ਉਹਨਾਂ ਗੱਲਾਂ ਨੂੰ ਉਹਦਾ ਜਵਾਬਦੇਹੀ ਬਣਦੀ ਹੈ, ਉਹਨਾਂ ਨੂੰ ਪੁਰਾਣੇ ਜਿਹੜੇ ਆਊਟਸਟੈਂਡਿੰਗ ਇਸ ਕਿਸਮ ਦੇ ਇਰੀਟੈਂਟ ਇਸ਼ੂ ਹੈ ਉਹਨਾਂ ਨੂੰ ਦੂਰ ਕੀਤਾ ਜਾਵੇ, ਅਤੇ ਅੱਗੇ ਤੋਂ ਪਾਬੰਦ ਕੀਤਾ ਜਾਵੇ ਵੀ ਇਸ ਕਿਸਮ ਦੇ ਅਵੋਇਡੇਬਲ ਜਿਹੜੇ ਹੈ ਬਿਲਕੁਲ ਉਹ ਸਾਰੇ ਮਸਲਿਆਂ ਨੂੰ ਉਭਰਣ ਹੀ ਨਾ ਦਿੱਤਾ ਜਾਵੇ, ਤਾਂ ਕਿ ਲੋਕਾਂ ਨੂੰ ਬੀਜੇਪੀ ਦੇ ਖਿਲਾਫ਼ ਕੋਈ ਇੱਕ ਨੈਰੇਟਿਵ ਖੜ੍ਹਾ ਕਰਨ ਦੀ ਮੌਕਾ ਮਿਲੇ। ਉੱਥੇ ਹੀ ਅਪੀਲ ਕੀਤੀ ਗਈ ਰਵਨੀਤ ਬਿੱਟੂ ਜੀ ਅਤੇ ਭੁਪਿੰਦਰ ਯਾਦਵ ਜੀ ਦੇ ਜ਼ਰੀਏ ਵੀ ਡਾਇਲੋਗ ਇਜ਼ ਦਾ ਓਨਲੀ ਵੇ ਆਊਟ। ਲੋਕਾਂ ਨੇ ਗੱਲਬਾਤ ਦੇ ਨਾਲ, ਜਿਹੜਾ ਸਾਡੀ ਕੋਈ ਕਿਸੇ ਨਾਲ ਦੁਸ਼ਮਣਾ ਹੀ ਨਹੀਂ, ਇੱਕ ਬਵੰਡਰ ਖੜ੍ਹਾ ਕੀਤਾ ਗਿਆ, ਇੱਕ ਲੋਕਾਂ ਨੇ ਅਹਿਸਾਸ ਕੀਤਾ ਅੱਜ ਸਾਰੇ ਮੈਂਬਰਸ ਦੀ ਇੱਕੋ ਰਾਏ ਸੀਗੀ ਵੀ ਇੱਕ ਫਾਲਸ ਨੈਰੇਟਿਵ ਖੜ੍ਹਾ ਕੀਤਾ ਗਿਆ, ਇੱਕ ਮਿੱਥ ਬਣਾਈ ਗਈ ਹੈ ਵੀ ਕਿਸਾਨਾਂ ਨੂੰ ਬੀਜੇਪੀ ਦੇ ਖਿਲਾਫ਼ ਬਣਾਉਣ ਵਾਸਤੇ। ਉਸ ਮਿੱਥ ਨੂੰ, ਉਸ ਝੂਠ ਨੂੰ, ਉਸ ਪਰਸੈਪਸ਼ਨ ਨੂੰ ਜਿਹੜੀ ਬਿਲਡ ਕੀਤੀ ਗਈ ਹੈ ਉਹਨੂੰ ਤੋੜਨ ਵਾਸਤੇ ਹੁਣ ਜਿਹੜਾ ਮੌਕਾ ਹੈ ਡਾਇਲੋਗ ਐਟ ਆਲ ਲੈਵਲਸ, ਸਾਡੇ ਪਾਰਟੀ ਲੈਵਲ 'ਤੇ ਅੱਜ ਜਦੋਂ ਵੋਟਾਂ ਦਾ ਮਾਹੌਲ ਨਹੀਂ ਅਤੇ ਜਿਸ ਕਿਸਮ ਦਾ ਸਰਚਾਰਜਡ ਮਾਹੌਲ ਇਲੈਕਸ਼ਨ ਦੇ ਦੌਰਾਨ ਸੀ ਉਹ ਹੁਣ ਹੈ ਸਬਸਾਈਡਿਡ, ਅਤੇ ਉਹਦੇ ਵਿੱਚ ਪਿੰਡਾਂ 'ਚ ਜਾ ਕੇ ਆਊਟਰੀਚ ਜਿਹੜਾ ਪ੍ਰੋਗਰਾਮ ਹੈ ਆਪਣਾ ਪੱਖ ਇੱਕ ਸੁਖਾਵੇਂ ਮਾਹੌਲ ਦੇ ਅੰਦਰ ਲੋਕਾਂ ਨਾਲ ਬੈਠ ਕੇ ਟੂ ਬਿਲਡ ਦੈਟ ਟਰੱਸਟ ਬੈਕ ਅਗੇਨ ਵੀ ਬੀਜੇਪੀ ਜਿਹੜੀ ਹੈ ਹਰ ਵਰਗ ਦੇ ਵਾਸਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਕਿਸਾਨੀ ਪ੍ਰਮੁੱਖ ਹੈ, ਅਤੇ ਉਹਨੂੰ ਕੇਂਦਰ ਲੈਵਲ 'ਤੇ ਵੀ ਬੈਠ ਕੇ ਉਹਦਾ ਹੋਏ ਐਵਰੀਬਡੀ ਆਲ ਸਟੇਕ ਹੋਲਡਰਸ, ਕਿਉਂਕਿ ਆਹ ਵੀ ਉੱਥੇ ਮਸਲਾ ਡਿਸਕਸ ਹੋਇਆ ਵੀ ਜਦੋਂ ਉਹ ਤਿੰਨ ਕਾਨੂੰਨ ਬਣਾਏ ਗਏ ਸਮਾਂ ਉਹਦੇ ਵਿੱਚ ਸਟੇਕ ਹੋਲਡਰਸ ਇਨਵੋਲਵ ਨਹੀਂ ਸੀਗੇ, ਉਸ ਗਲਤੀ ਨੂੰ ਵੀ ਸਹੀ ਕਰਕੇ ਜਿਹੜੇ ਵੀ ਮਸਲੇ ਹੈ ਉਹਦੇ ਵਿੱਚ ਸਿਰਫ ਦੋ ਇਹੋ ਜਿਹੀਆਂ ਜਥੇਬੰਦੀਆਂ 'ਤੇ ਰਹਿਮ ਕਰਮ 'ਤੇ ਨਾ ਛੱਡ ਦਿੱਤਾ ਜਾਵੇ ਜਿਹੜੇ ਕਿ ਜਿਨ੍ਹਾਂ ਦੀ ਤਾਰ ਸਿੱਧੇ 'ਤੇ ਸਿੱਧੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ, ਐਵਰੀ ਸਟੇਕ ਹੋਲਡਰ ਆਲ ਫੁੱਲੀ ਰਿਪ੍ਰਜੈਂਟੇਸ਼ਨ ਕਿਸਾਨਾਂ ਦੀ ਵੀ,
ਇਕੋਨੋਮਿਸਟ ਦੀ ਵੀ, ਐਗਰੀਕਲਚਰ ਸਾਇੰਟਿਸਟ ਦੀ ਵੀ, ਅਤੇ ਲੋਕਾਂ ਦੀ, ਅਤੇ ਖਾਸ ਜਿਹੜੇ ਕਿਸਾਨ ਹੈ ਅਖੌਤੀ ਆਗੂ ਛੱਡ ਕੇ ਕਿਸਾਨਾਂ ਦੇ ਡਾਇਰੈਕਟ, ਉਹਨਾਂ ਨਾਲ ਵੀ, ਉਹਨਾਂ ਨੂੰ ਵੀ ਇਹਨਾਂ ਲੀਡਰਸ ਦੇ ਨਾਲ ਬੁਲਾ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ, ਤਾਂ ਕਿ ਇਸ ਮਸਲੇ ਦਾ ਹੱਲ ਵੀ ਕੀਤਾ ਜਾਵੇ, ਪੰਜਾਬ ਦੀ ਖੁਸ਼ਹਾਲੀ ਬਿਹਤਰੀ ਵਾਸਤੇ ਰੰਗਲੇ ਪੰਜਾਬ ਨੂੰ ਫਿਰ ਬਣਾਉਣ ਦਾ ਜਿਹੜਾ ਇੱਕ ਟੀਚਾ ਹੈ ਉਹਨੂੰ ਲੈ ਕੇ ਸਾਰੇ ਅਸੀਂ ਕੰਮ ਕਰੀਏ। ਇਹ ਮਤੇ ਅੱਜ ਉੱਥੇ ਪਾਸ ਕੀਤੇ ਗਏ ਹੈ। ਇਹਦੇ ਇਲਾਵਾ ਅਗਰ ਮੈਂ ਹੁਣ ਰਵਨੀਤ ਬਿੱਟੂ ਜੀ ਨੂੰ ਰਿਕੁਐਸਟ ਕਰੂੰਗਾ ਕੋਈ ਇਹਦੇ 'ਤੇ ਆਪਣਾ ਤੁਹਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰਨਗੇ, ਪਲੀਜ਼ ਬਿੱਟੂ ਜੀ। ਬਿਲਕੁਲ, ਅੱਜ ਐਕਸਟੈਂਡਡ ਕਾਰਜਕਾਰਨੀ ਸੀ, ਉਹਦੇ ਵਿੱਚ ਸਾਰੀ, ਸਭ ਤੋਂ ਪਹਿਲਾਂ ਤਾਂ ਸਾਰੀ ਬੀਜੇਪੀ ਪਾਰਟੀ ਵੱਲੋਂ ਥੱਲੇ ਤੋਂ ਲੈ ਕੇ, ਚਾਹੇ ਉਹ ਸਾਡੇ ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਚਾਹੇ ਸਾਡੀ ਸਟੇਟ ਬਾਡੀ, ਸਭ ਨੇ ਸਾਡੇ ਲੀਡਰਸ਼ਿਪ ਦਾ, ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦਾ, ਉਹਨਾਂ ਦੀ ਰਹਿਨਮਈ ਥੱਲੇ ਇਹ ਬਹੁਤ ਵਧੀਆ ਪਰਫੋਰਮੈਂਸ ਹੈ ਜਿਹੜੀ, ਉਹ 19% 23 ਸੀਟਾਂ 'ਤੇ ਅਸੀਂ ਜਿੱਤੇ ਅਤੇ 25 ਲੱਖ ਤੋਂ ਉੱਤੇ ਵੋਟ ਪਈ। ਇਹ ਸਾਰਿਆਂ ਨੇ ਇਸ ਗੱਲ ਦਾ ਵਧਾਈ ਦਿੱਤੀ ਜਾਖੜ ਸਾਹਿਬ ਨੂੰ, ਅਤੇ ਅੱਗੇ ਇਸੇ ਤਰੀਕੇ ਨਾਲ ਕੰਮ ਕਰਕੇ, ਕਿਉਂਕਿ ਸਾਡੇ ਕੋਲ 2 ਸਾਲ ਤੋਂ ਉੱਤੇ ਦਾ ਸਮਾਂ ਹੈ। ਜਿਵੇਂ ਇਹ ਗੱਲ ਕਹੀ, ਉੱਥੇ ਅੱਗੇ ਜ਼ਿੰਮੇਵਾਰੀ ਵੀ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੇ ਉੱਤੇ ਇਹ ਪਈ ਹੈ ਬੀਜੇਪੀ, ਅਤੇ ਲੋਕਾਂ ਨੇ ਇੱਕ ਉੱਭਰਦੀ ਹੋਈ ਪਾਰਟੀ ਇਹਨੂੰ ਬਣਾਇਆ ਹੈ, ਬੇਸ਼ੱਕ ਬਹੁਤ ਪੁਰਾਣੀ, ਪਰ ਇਸ ਵਾਰ ਇੱਕ ਨਵਾਂ ਲੋਕਾਂ ਨੇ ਇਹ ਆਸ ਅਤੇ ਕਿਰਨ ਜਿਹੜੀ ਉਹ ਰੱਖੀ ਹੈ। ਉਹਦੇ ਤਰੀਕੇ ਨਾਲ ਜਾਖੜ ਸਾਹਿਬ ਉਹਨਾਂ ਨੇ ਅੱਜ ਪਹਿਲਾਂ ਪ੍ਰਧਾਨ ਮੰਤਰੀ ਜੀ ਦਾ ਸਾਰੇ ਇਹ ਮਤਾ ਹੋਇਆ ਵੀ ਤੀਜੀ ਵਾਰ ਉਹ ਬਣੇ। ਦੂਜੀ ਗੱਲ, ਅਸੀਂ ਐਸੀਆਂ ਸਟੇਟਾਂ ਜਿੱਤੀਆਂ ਉੜੀਸਾ ਵਰਗੀਆਂ, ਉਦੋਂ ਬਾਅਦ ਅਸੀਂ ਆਪਣੇ NDA ਨਾਲ, ਚਾਹੇ ਅਸੀਂ ਆਂਧਰਾ ਪ੍ਰਦੇਸ਼ ਜਿੱਤਿਆ ਹੋਵੇ, ਚਾਹੇ ਅਸੀਂ ਅਰੁਣਾਚਲ, ਇਹੋ ਜਿਹੀਆਂ ਵੱਡੀਆਂ ਪ੍ਰਾਪਤੀਆਂ ਨੇ। ਇਹ ਕੋਈ ਓਪੋਜੀਸ਼ਨ ਦੇ ਅੱਜ ਉਹ ਚਾਹੇ ਜਿੰਨੀਆਂ ਮਰਜ਼ੀ ਖੁਸ਼ੀ ਮਨਾਉਣ, ਚਾਹੇ ਕੁਛ ਮਨਾਉਣ, ਉਹ ਗੱਲ ਵੱਖਰੀ ਆ, ਪਰ 4 ਸਟੇਟਾਂ ਜਿੱਤੀਆਂ ਅਤੇ 240 ਸੀਟਾਂ ਇਕੱਲਿਆਂ ਨੇ ਜਿਹੜੀਆਂ ਉਹ ਤੀਜੀ ਵਾਰ ਜਿੱਤਣਾ, ਬਹੁਤ ਰਿਮਾਰਕੇਬਲ, ਬਹੁਤ ਵੱਡੀ ਜਿਹੜੀ ਗੱਲ ਆ। ਓਪੋਜੀਸ਼ਨ ਜੇ ਕਾਂਗਰਸ ਦੀ ਟੋਟਲ 3 ਵਾਰ ਦੀਆਂ ਸੀਟਾਂ ਬਣਾ ਲਈਆਂ ਜਾਣ, ਉਹ ਵੀ ਇੰਨੀਆਂ ਨਹੀਂ, ਅਤੇ ਇਸ ਕਰਕੇ ਇਹਦੇ ਲਈ ਸਾਰੀ BJP ਪਾਰਟੀ ਨੇ ਬਹੁਤ ਮਿਹਨਤ ਕੀਤੀ ਅਤੇ ਪੰਜਾਬ 'ਚ ਜਾਖੜ ਸਾਹਿਬ ਨੇ ਕੀਤੀ। ਅਤੇ ਜੋ ਇਹ ਗੱਲਾਂ ਕੀਤੀਆਂ ਗਈਆਂ, ਕਿਸ ਤਰੀਕੇ ਨਾਲ ਲਾਅ ਐਂਡ ਆਰਡਰ, ਕਿਸ ਤਰੀਕੇ ਨਾਲ ਡਰੱਗਸ, ਉਹ ਸਾਰੀਆਂ ਗੱਲਾਂ ਹੈ ਜਿਹੜੀਆਂ ਸੈਂਟਰਲ ਗੌਰਮੈਂਟ, ਜੋ ਸਾਡੀ ਪਾਰਟੀ ਨੇ, ਚਾਹੇ ਭੁਪਿੰਦਰ ਯਾਦਵ ਜੀ ਹੋਣ, ਚਾਹੇ ਮੈਂ ਹੋਵਾਂ, ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ, ਕਿਉਂਕਿ ਪਾਰਟੀ ਦੇ ਕਾਰਨ ਹੀ ਸਭ ਕੁਛ ਹੁੰਦਾ ਹੈ, ਅਤੇ ਉਹਨਾਂ ਨੂੰ ਕਿਵੇਂ ਅੱਗੇ ਲਾਗੂ ਕਰਾਈਏ, ਕਿਵੇਂ ਉਹਨਾਂ ਨੂੰ ਇੱਥੇ ਆਉਣ ਵਾਲੇ ਦਿਨਾਂ 'ਚ ਰਣਨੀਤੀ ਨੀਤੀ ਬਣਾਈਏ, ਉਹਦੇ ਲਈ ਅਸੀਂ ਹਰ ਸੰਭਵ ਜਿਹੜੀ ਆ ਉਹ ਚੀਜ਼ ਕਰਾਂਗੇ। ਜੋ ਅੱਜ ਪਾਰਟੀ ਵੱਲੋਂ ਅਤੇ ਪ੍ਰਧਾਨ ਜੀ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਿਵੇਂ ਇਹਨਾਂ ਨੇ ਕੀਤੀਆਂ ਹੈ, ਉਹਨੂੰ ਕਿਸ ਤਰੀਕੇ ਨਾਲ ਪੰਜਾਬ ਲਈ ਖਾਸ ਵੀ ਸੈਂਟੀਮੈਂਟ ਨੂੰ ਦੇਖਦੇ ਹੋਏ, ਬਾਰਡਰ ਸਟੇਟ ਦੇਖਦੇ ਹੋਏ, ਉਹ ਭਾਵਨਾ ਹੈ ਜਿਹੜੀਆਂ, ਉਹ ਸਾਰੀਆਂ ਉਹਨੂੰ ਦਰੁਸਤ ਕੀਤਾ ਜਾਵੇ, ਠੀਕ ਕੀਤਾ ਜਾਵੇ। ਇੰਨੀ ਗੱਲ ਮੈਂ ਫਿਰ ਇੱਕ ਵਾਰੀ ਸਾਰੇ ਮੀਡੀਆ ਦੇ ਮੂਹਰੇ ਇਹੀ ਗੱਲ ਸਭ ਤੋਂ ਵਿਸ਼ੇਸ਼ ਹੋਈ ਹੈ ਵੀ 19% 'ਤੇ 25 ਲੱਖ ਤੋਂ ਉੱਤੇ ਵੋਟ ਜਿਹੜੀ BJP ਨੇ ਹਾਸਲ ਕੀਤੀ ਆ, ਅਤੇ ਸਾਰੀ ਪਾਰਟੀ ਨੇ, ਜਾਖੜ ਸਾਹਿਬ ਅਤੇ ਸਾਰੀ ਪਾਰਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ।
ਇੱਕ ਗੱਲ ਮੈਂ ਐਡ ਕਰਨੀ ਚਾਹਾਂਗਾ, ਜਿੱਥੇ ਡੇਟਾ ਐਨਾਲਿਸਿਸ ਕੀਤਾ ਗਿਆ ਉੱਥੇ ਇੱਕ ਗੱਲ ਸਾਹਮਣੇ ਆ ਗਈ ਕਿ ਵੱਡਾ ਭਰਾ ਕੌਣ ਸੀ ਅਤੇ ਛੋਟਾ ਭਰਾ ਕੌਣ ਹੈ। ਉਹ ਵਹਿਮ ਵੀ ਲੋਕਾਂ ਨੇ ਦੂਰ ਕਰਤਾ, ਜੇ ਅਗਰ ਕਿਸੇ ਨੂੰ ਵਹਿਮ ਸੀਗਾ ਜਿਸ ਗੱਲ ਨੂੰ ਲੈ ਕੇ ਚੱਲਿਆ ਸੀ ਵੀ ਇਹ ਛੋਟਾ ਭਰਾ ਵੱਡਾ ਭਰਾ ਵਾਲੀ ਗੱਲ ਕਰਕੇ, ਹੂ ਵਾਜ ਕੈਰਿੰਗ ਹੂਮ, ਕੋਈ ਇੱਕ ਵਜਨ ਕੌਣ ਕਿਹਦਾ ਢੋ ਰਿਹਾ ਸੀਗਾ, ਉਹ ਗੱਲਾਂ ਵੀ ਦੂਰ ਹੋ ਗਈਆਂ। ਪਰ ਜਦੋਂ ਇਹਦੇ ਨਾਲ ਹੀ ਜਦੋਂ ਮੈਂ ਕਿਹਾ ਵੀ ਬੀਜੇਪੀ ਦੇ ਉੱਤੇ ਇੰਨਾ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ, ਆਸ ਕੀਤੀ ਹੈ, ਉਹਦੇ ਵਿੱਚ ਇੱਕ ਬਹੁਤ ਵੱਡੀ ਆਸ ਅਤੇ ਬਹੁਤ ਵੱਡੀ ਜ਼ਿੰਮੇਵਾਰੀ ਬੀਜੇਪੀ ਪੰਜਾਬ ਦੀ ਬਣਦੀ ਹੈ ਵੀ ਜਦੋਂ ਪੰਜਾਬ ਰੰਗਲਾ ਪੰਜਾਬ ਹਰਿਆਲਾ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਪੰਜਾਬ ਹੈ ਇੱਥੇ ਦੀ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਅਤੇ ਉਹਦੇ ਪ੍ਰਤੀ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਰ ਵੀ ਦੁੱਗਣੀ ਤਰੀਕੇ ਨਾਲ ਉਹਨੂੰ ਕਰਨ ਵਾਸਤੇ ਅਸੀਂ ਵਚਨਬੱਧ ਹਾਂ। ਇਹਦੇ ਵਾਸਤੇ ਸਾਰਿਆਂ ਨੂੰ ਉੱਥੇ ਹੱਥ ਉਠਾ ਕੇ ਅਤੇ ਇਸ ਗੱਲ 'ਤੇ ਵੀ ਹੁੰਗਾਰਾ ਦਿੱਤਾ। ਥੈਂਕ ਯੂ। ਇਸ ਮਸਲੇ 'ਤੇ ਵੀ ਗੱਲ ਹੋਈ ਜੀ ਅੱਜ, ਦੇਖੋ ਰਿਜ਼ਲਟ ਤਾਂ ਆਉਣਾ ਕੱਲ੍ਹ, ਹੁਣ ਤਾਂ ਚੰਦ ਘੰਟਿਆਂ ਦੀ ਗੱਲ ਰਹਿ ਗਈ, ਪਰ ਮੈਂ ਸਮਝਦਾ ਲੋਕਾਂ ਦਾ ਫਤਵਾ ਉਹ ਬਿਲਕੁਲ ਕਲੀਅਰ ਹੋ ਗਿਆ ਵੀ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗਰਾਲ ਜੀ ਦੇ ਕਰਕੇ ਮੁੱਖ ਮੰਤਰੀ ਜੀ ਨੂੰ 20 ਦਿਨ ਤੋਂ ਜਿਹੜੇ ਜਲੰਧਰ 'ਚ ਬੈਠੇ ਹੈ, ਦੈਟ ਇਜ਼ ਅ ਮੋਰਲ ਡਿਫੀਟ। ਆਮ ਆਦਮੀ ਪਾਰਟੀ ਵਾਸਤੇ ਮੈਂ ਸਮਝਦਾ ਸ਼ਰਮ ਦਾ ਮੁਕਾਮ ਹੋਣਾ ਚਾਹੀਦਾ ਹੈ। ਨਹੀਂ ਨੋਰਮਲੀ ਬਾਈ ਇਲੈਕਸ਼ਨ ਦੇ ਅੰਦਰ ਮੁੱਖ ਮੰਤਰੀ ਤਾਂ ਐਵੇਂ ਇੱਕ ਗੈਸਟ ਆਰਟਿਸਟ ਦੇ ਤਰ੍ਹਾਂ ਗੇੜਾ ਜਿਹਾ ਮਾਰ ਕੇ ਆ ਜਾਂਦੇ, ਕੋਈ ਉੱਥੇ ਅੱਜ ਤਾਈਂ ਮੈਂ ਤਾਂ ਇੰਨੇ ਸਾਲ ਹੋ ਗਏ ਰਾਜਨੀਤੀ 'ਚ ਕਿਤੇ ਮੈਂ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਕੈਂਪ ਲਾ ਕੇ ਦੇਖਿਆ ਨਹੀਂ। ਅਤੇ ਨਾਲ ਸਵਾਲ ਆ ਵੀ ਉੱਥੇ ਉੱਠਿਆ ਵੀ ਅੱਜ ਤਾਈਂ ਤਾਂ 4 ਬਾਈ ਇਲੈਕਸ਼ਨ ਹੋਰ ਆਉਣੇ ਹੈ, ਮੁੱਖ ਮੰਤਰੀ ਜੀ ਕਿੱਥੇ ਕਿੱਥੇ ਬੈਠਣਗੇ, ਕੀ 4 ਹਲਕਿਆਂ 'ਚ 4 ਮਕਾਨ ਲੈਣੇ ਪੈਣਗੇ। ਉਹਦੇ ਵੀ ਇੱਕ ਸਾਥੀ ਨੇ ਕਿਸੇ ਨੇ ਦੱਸਿਆ, ਕਹਿੰਦਾ 4 ਦਾ ਤਾਂ ਪਤਾ ਨਹੀਂ ਜੀ, 3 ਤਾਂ ਲੈ ਲੈਣਗੇ, ਕਿਉਂਕਿ ਇੱਕ ਜਿਹੜਾ ਗਿੱਦੜਵੇ ਵਾਲਾ ਹੈ ਉੱਥੇ ਤਾਂ ਇਹਨਾਂ ਦੇ ਭਾਈਵਾਲ ਹੀ ਹੈ, ਉਹਨਾਂ ਦੇ ਮਕਾਨ 'ਚ ਰਹਿ ਲੈਣਗੇ, ਉੱਥੇ ਦੇ ਹੋਈ ਹੈ। ਇਸ ਕਰਕੇ ਇਟ ਇਜ਼ ਅ ਮੋਰਲ ਡਿਫੀਟ। ਇਹ ਲੋਕ ਨੈਤਿਕ ਤੌਰ 'ਤੇ ਇਹ ਚਾਹੇ ਮੰਨਣ ਚਾਹੇ ਨਾ ਮੰਨਣ, ਕਿਉਂਕਿ ਮੰਨਣਾ ਨਾ ਮੰਨਣਾ ਤੁਹਾਡੇ ਸਾਹਮਣੇ ਹੈ। ਉਹਨਾਂ ਦੇ ਵਿਜੇ ਪ੍ਰਤਾਪ ਜੀ ਦੇ ਅੱਜ ਵੀ ਆਏ ਖੜੇ ਆ ਵੀ ਬਚਾਓ ਮੁਝੇ ਮੇਰੇ ਚੀਫ ਮਿਨਿਸਟਰ ਸੇ ਬਚਾਓ ਜਾਂ ਪੰਜਾਬ ਕੋ ਚੀਫ ਮਿਨਿਸਟਰ ਸੇ ਬਚਾਓ। ਬੀਜੇਪੀ ਨਹੀਂ ਕਹਿ ਰਹੀ, ਕੋਈ ਹੋਰ ਪਾਰਟੀ ਨਹੀਂ ਕਹਿ ਰਹੀ, ਖੁਦ ਉਹਨਾਂ ਦੇ ਆਪਣੇ ਮੰਤਰੀ ਕਹਿ ਰਹੇ ਆ। ਅਤੇ ਮੈਂ ਸਮਝਦਾ ਨਤੀਜਾ ਲੋਕਾਂ ਨੇ ਫਤਵਾ ਦੇ ਤਾ, ਬਾਕੀ ਸਰਕਾਰ ਨੇ ਜਿਹੜੇ ਧੱਕੇ ਆ, ਸੂਟ ਵੰਡੇ ਆ, ਇੱਕ ਦਾਰੂ ਵੰਡੇ ਆ, ਇੱਕ ਪੈਸੇ ਵੰਡੇ ਆ, ਜਾਂ ਧੱਕੇਸ਼ਾਹੀ ਕੀਤੀ ਆ, ਉਹ ਸਾਰਿਆਂ ਦੇ ਸਾਹਮਣੇ ਆ। ਬਟ ਮੈਨੂੰ ਉਮੀਦ ਹੈ ਵੀ ਜਲੰਧਰ ਦੇ ਲੋਕਾਂ ਨੇ ਅਸਲ ਚਿਹਰਾ ਦੇਖ ਲਿਆ ਆਮ ਆਦਮੀ ਪਾਰਟੀ ਦਾ। ਜੀ ਦੇਖੋ ਕੌਣ ਕੀ ਕਹਿ ਰਿਹਾ, ਮੈਂ ਵੀ ਸਵੇਰੇ ਜਦੋਂ ਆਉਣ ਲੱਗਿਆ ਜਦੋਂ ਦੀ ਆ ਖਬਰ ਮੈਂ ਦੇਖੀ, ਮੈਂ ਆਲਰੇਡੀ ਪਹੁੰਚ ਰਿਹਾ ਸੀਗਾ ਉੱਥੇ। ਮੇਰੀ ਕੋਈ ਕਮੈਂਟ ਕਹਿ ਲਓ, ਪੰਜਾਬ ਦੇ ਲੋਕਾਂ ਨੂੰ ਅਪੀਲ ਕਹਿ ਲਓ, ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਹੈ, ਕਿਉਂਕਿ ਜਿਹੜੀ ਚੀਜ਼ ਇੱਥੇ ਅਪਲਾਈ ਹੁੰਦੀ ਸਾਰੇ ਹੁੰਦੀ ਹੈ। ਅਤੇ ਮੈਂ ਖਾਸ ਤੌਰ 'ਤੇ ਕਹਿੰਦਾ ਰਿਹਾ, ਚਾਹੇ ਇੱਕ ਪਰਟੀਕੁਲਰ ਕੇਸ 'ਚ ਮੈਂ ਕਿਹਾ ਸੀਗਾ, ਪੱਗ ਬੰਨ੍ਹਣ ਨਾਲ ਕੋਈ ਸਰਦਾਰ ਨਹੀਂ ਹੁੰਦਾ, ਅਤੇ ਕੋਈ ਐਵੇਂ ਤਿਲਕ ਲਾ ਕੇ ਹਿੰਦੂ ਨਹੀਂ ਹੁੰਦਾ। ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ। ਲੋਕਾਂ ਨੂੰ ਵਾਰ ਵਾਰ ਠੱਗਿਆ ਗਿਆ, ਬੇਵਕੂਫ ਬਣਾਇਆ ਗਿਆ, ਦੇਰ ਆਰ ਬਹਿਰੂਪੀ ਹੈ ਸ਼ਾਰਲਟਨਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਸ ਕਿਸਮ ਦੇ ਬਹਿਰੂਪੀ ਹੈ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ, ਕਈਆਂ ਨੇ ਸੰਵਿਧਾਨ ਦੀ ਓਟ ਲੈ ਲਈ, ਅਤੇ ਕਈਆਂ ਨੇ ਡਰੱਗ ਦਾ ਉਹ ਮਿਟਾਉਣ ਵਾਸਤੇ ਵੀ, ਅਸੀਂ ਤਾਂ ਸਮਾਜ ਸੇਵੀ ਹਾਂ ਜੀ, ਡਰੱਗ ਮਿਟਾਉਣ ਆਏ ਹਾਂ।
ਇਹਨਾਂ ਲੋਕਾਂ ਤੋਂ ਬਚ ਕੇ ਰਹਿਣ। ਆ ਜਿਹੜੇ ਚੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ, ਤਾਂ ਇੱਕ ਪਹਿਲੇ ਵਾਲਾ ਬਾਬਾ ਤਾਂ ਅਜੇ ਸੂਤ ਨਹੀਂ ਆਇਆ। ਅਤੇ ਇਸ ਕਿਸਮ ਦੇ ਲੋਕਾਂ ਤੋਂ ਠੱਗਣ ਤੋਂ ਬਚਿਆ ਜਾਵੇ ਸਾਹਿਬ। ਅਸਲ ਸ਼ਖਸੀਅਤ ਹੈ ਉਹਨੂੰ ਪਹਿਚਾਣਨ, ਭਾਵੁਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ। ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ, ਇਸਨੂੰ ਬਚਾ ਕੇ ਰੱਖਾਂਗੇ। ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰ ਇਸ ਕਿਸਮ ਦੀ ਘਟਨਾ, ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ, ਰਸਤੇ 'ਚ ਆ ਰਹੇ ਮੈਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ, ਹੁਣ ਪਤਾ ਨਹੀਂ ਕੀ ਬਹਾਨੇ ਬਣਾਉਣਗੇ, ਬਟ ਅਸਲੀਅਤ ਸਾਹਮਣੇ ਆ ਗਈ। ਇਟ ਇਜ਼ ਸਿਮਿਲਰ ਔਰ ਅਕਿਨ ਟੂ ਜਦੋਂ 2000 ਇਲੈਕਸ਼ਨ ਸੀ ਜਿਹਦੇ ਵਿੱਚ ਇਹਨਾਂ ਦੀ ਪੋਲ ਖੁੱਲ੍ਹੀ ਸੀ, ਆਮ ਆਦਮੀ ਪਾਰਟੀ ਦੇ ਟੈਰਰਿਸਟ ਦੇ ਘਰੇ ਰੁਕੇ ਸੀਗੇ 2017 'ਚ, 2017 'ਚ ਹੋਇਆ ਸੀ ਨਾ ਜੀ, ਜਿਹੜਾ ਉੱਥੇ ਜਾ ਕੇ ਰੁਕੇ ਹੈ ਕੇਜਰੀਵਾਲ ਸਾਹਿਬ, ਅਤੇ ਸਾਰਾ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ। ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ, ਵਕਤ ਰਹਿੰਦੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਕੀ ਹੈ। ਮੈਂ ਤਾਂ ਇੰਨਾ ਹੀ ਕਹੂੰਗਾ, ਬਾਕੀ ਆਉਣ ਵਾਲਾ ਸਮਾਂ ਦੱਸੂਗਾ ਸਭ। ਸਭ ਇਹ ਮਸਲੇ ਸਰਕਾਰ ਦੇ ਨਿਪਟਾਉਣ ਵਾਲੇ ਸਾਹਿਬ, ਤੁਸੀਂ ਨਹੀਂ ਸੈਂਟਰ ਵਾਲਾ ਮਸਲਾ ਨਹੀਂ, ਸਟੇਟ ਟੇਕਅਪ ਕਰੇ, ਇਹ ਤਾਂ ਚਲੋ ਲਾਡੋ ਵਾਲਾ ਹੈ। ਇੱਥੇ ਹੀ ਆਹ ਜਿਹੜਾ ਹੁਣ ਹਾਈ ਕੋਰਟ ਨੇ ਨਿਪਟਾਇਆ ਕੰਮ, ਆਹ ਤੁਹਾਡਾ ਕੀ ਖਿਆਲ ਹੈ? ਸ਼ੰਭੂ ਬਾਰਡਰ ਵਾਲਾ ਭਗਵੰਤ ਮਾਨ ਜੀ ਜਿਹੜੇ ਵਕੀਲ ਸੀ, ਕਿਸਾਨਾਂ ਦੇ ਨਿਬੇੜ ਨਹੀਂ ਸੀ ਸਕਦੇ? ਨੀਅਤ ਨਹੀਂ ਸਾਹਿਬ, ਨੀਅਤ ਖੋਟੀ ਹੈ। ਇਸ ਕਰਕੇ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਪਊਗਾ ਸਾਹਿਬ। ਪੰਜਾਬ ਸਾਡੇ ਸਾਰਿਆਂ ਦਾ, ਸਾਰਿਆਂ ਨੇ ਇੱਥੇ ਵਸਣਾ। ਇਹਨਾਂ ਲੋਕਾਂ ਤੋਂ, ਜਿਹੜੇ ਲੋਕਾਂ ਦੀ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਵਨ ਵੇ ਅਦਰ ਕਰਦੇ ਆ, ਉਹਨਾਂ ਤੋਂ ਬਚਣਾ ਪਊਗਾ। ਪਰ ਇਹਦੇ ਵਿੱਚ ਜ਼ਿੰਮੇਵਾਰੀ ਜਿੱਥੇ ਪਾਰਟੀਆਂ ਦੀ ਬਣਦੀ ਹੈ, ਬੀਜੇਪੀ ਤਾਂ ਆਪਣੀ ਪਾਰਟੀ ਜ਼ਿੰਮੇਵਾਰੀ ਨਿਭਾਊਗੀ। ਲੋਕਾਂ ਨੂੰ ਮੈਂ ਆਸ ਅਪੀਲ ਕਰਦਾ ਵੀ ਥੋੜ੍ਹਾ ਜਿਹਾ ਜਾਗਰੂਕ ਹੋ ਕੇ ਰਹਿਣ ਸਾਹਿਬ। ਥੈਂਕ ਯੂ। ਸਭ ਮੇਰੇ ਕਹਿਣ ਦੇ ਬਾਅਦ ਤੁਸੀਂ ਕੱਲ੍ਹ ਦੀ ਘਟਨਾ ਇੱਕ ਹੋਰ ਦੇਖ ਲਓ ਕਿ ਕੱਲ੍ਹ ਕੀ ਬਣਿਆ ਸਾਹਿਬ, ਅੰਮ੍ਰਿਤਸਰ ਦੇ ਅੰਦਰ ਕੀ ਬਣਿਆ। ਐਜ਼ ਇਫ ਲੁਧਿਆਣਾ ਵਾਜ਼ ਨੋਟ ਇਨਫ, ਉਹਦੀ ਉਹ ਘਟਨਾ ਉੱਥੇ ਜਾ ਕੇ ਹੋ ਗਈ ਸਾਹਿਬ। ਉਹਦਾ ਕਸੂਰ ਕੀ ਸੀਗਾ? ਦੇਖੋ ਇੱਕ ਆਪਸੀ ਰੰਜਿਸ਼ ਗੁੰਡਾ ਕਰਦੀ, ਇੱਕ ਹੇਟ ਕ੍ਰਾਈਮ ਸਾਹਿਬ। ਆਹ ਜਿਹੜਾ ਹੇਟ ਕ੍ਰਾਈਮ ਵਾਲਾ ਰਵੱਈਆ ਨਾ, ਇੱਥੇ ਪੰਜਾਬ ਦੇ ਅੰਦਰ ਕੋਈ ਮਾੜਾ ਜਿਹਾ ਹੇਟ ਕ੍ਰਾਈਮ ਉੱਥੇ ਅਮਰੀਕਾ 'ਚ ਹੁੰਦਾ, ਕੈਨੇਡਾ ਹੁੰਦਾ, ਇੱਥੇ ਆਪਾਂ ਲਿਖ ਪਾ ਦਿੰਦੇ ਹਾਂ ਵੈਣ, ਇੱਥੇ ਰੋਜ਼ ਹੀ ਹੋਣ ਲੱਗੇ ਸਾਹਿਬ, ਕੋਈ ਬੋਲਦਾ ਹੀ ਨਹੀਂ। ਉਲਟੇ ਦੇ ਕਾਂਗਰਸ ਦਾ ਕਹਿੰਦੇ ਆ ਵੀ ਗਵਰਨਰ ਸਾਹਿਬ ਇੱਥੇ ਪਤਾ ਲੈਣੀ ਕਿਉਂ ਆਏ। ਆਹ ਦੇਖੋ ਪੰਜਾਬ ਦੇ ਲੋਕਾਂ ਦੇ ਅੰਦਰ ਜ਼ਹਿਰ ਬੀਜਣ ਦਾ ਪ੍ਰਯਾਸ ਹੈ। ਕਾਂਗਰਸ ਪਾਰਟੀ ਜਿਹੜੀ ਸੈਕੂਲਰ ਪਾਰਟੀ ਦੇ ਨਾਮ 'ਤੇ 50 ਸਾਲ ਜੁੜਿਆ ਰਿਹਾ ਸਾਹਿਬ, ਸੈਕੂਲਰਿਜ਼ਮ ਦੇ ਆਹ ਕਹਿੰਦੇ ਵੀ ਤੁਸੀਂ ਕਹੋ ਵੀ ਇਹਦਾ ਪਤਾ ਲੈਣ ਕਿਉਂ ਆ ਗਏ, ਉਹਦਾ ਪਤਾ ਲੈਣ ਕਿਉਂ ਗਏ ਸਾਹਿਬ? ਜਿਹਦੇ ਜੋਤਨ ਲਾਗੇ ਸੋਤਨ ਜਾਣੇ, ਉਹਨਾਂ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਥਾਪਰ ਸਾਹਿਬ ਵਾਲਿਆਂ ਨੂੰ, ਉਹਨਾਂ 'ਤੇ ਕੀ ਗੁਜ਼ਰ ਰਹੀ ਹੈ ਸਾਹਿਬ? ਇਹ ਲੋਕ ਬਚਣ ਸਾਹਿਬ, ਇਸ ਕਿਸਮ ਦੇ ਲੀਡਰਾਂ ਤੋਂ ਬਚਿਆ ਜਾਵੇ। ਮੈਂ ਜਿੱਥੇ ਬਾਨਿਆਂ ਦੀ ਗੱਲ ਕਰਦਾ, ਚੋਗਿਆਂ ਦੀ ਗੱਲ ਕਰਦਾ, ਕੋਈ ਇਸ ਕਿਸਮ ਦੇ, ਉੱਥੇ ਜਿਹੜੇ ਸਫੇਦ ਚਿੱਟੇ ਵਾਲੇ ਸਾਡੇ ਵਾਲੇ ਪਹਿਲੀ ਤੁਰੇ ਫਿਰਦੇ, ਇਹਨਾਂ ਤੋਂ ਵੀ ਬਚੋ।